वाहिगुरु जी का खालसा वाहिगुरु जी की फतेह। भाई साहब जी, मैं मेरी तो तू तेरी दा सफर दे बारे सानू थोड़ा दसो। देखो असी जदों भी बच्चा जन्म लैंदा ना, मैं उहदे विच उदों ही प्रवेश कर जांदी है। आपां कह लईए कि कुछ ही देर दे विच ओह मेरी माँ मेरा प्यो। पहले दे आपां गल कर लईए, जदों पुरातन समें दे विच जदों बच्चा जन्म लैंदा सीगा ना, उहदियां मुठियां बंद होंदियां सी। ਹੁਣ ਦੇ ਬੱਚਿਆਂ ਦੀਆਂ ਮੁੱਠੀਆਂ ਖੁੱਲੀਆਂ ਹੁੰਦੀਆਂ ਨੇ, ਪਰ ਉਹਦੇ ਹੱਥ ਵਿੱਚ ਜਿਹੜੀ ਮਰਜ਼ੀ ਚੀਜ਼ ਫੜਾ ਲਓ ਉਹ ਕਦੇ ਮੁੱਠੀ ਬੰਦ ਨਹੀਂ ਕਰਦਾ। ਪਰ ਜੇ ਆਪਾਂ ਗੱਲ ਕਰ ਲਈਏ ਪੈਸੇ ਦੀ, ਉਹਦੇ ਹੱਥ 'ਚ ਰੁਪਈਆ 100 ਹੀ ਫੜਾ ਕੇ ਵੇਖ ਲਓ ਨਿਆਣੇ ਦੇ ਹੱਥ। ਮੈਂ ਬੱਚੇ ਜਨਮ ਦੀ ਗੱਲ ਕਰ ਰਿਹਾ, 100 ਦਾ ਨੋਟ ਉਹਨੇ ਘੁੱਟ ਕੇ ਫੜਨਾ, ਉਹਨੇ ਛੱਡਣਾ ਹੀ ਨਹੀਂ। ਉੱਥੋਂ ਹੀ ਮੈਂ ਮੇਰੀ ਸ਼ੁਰੂ ਹੋ ਗਈ, ਜਿਹੜੀ ਸ਼ੁਰੂਆਤ ਆ ਉੱਥੋਂ ਹੀ ਹੋ ਗਈ ਸ਼ੁਰੂ। ਕਿਉਂਕਿ ਜਦੋਂ ਉਹ ਕਲਯੁੱਗ ਦੇ ਵਿੱਚ ਆਇਆ, ਇਹ ਚੀਜ਼ ਮੇਰੀ ਇਹ ਮੇਰੀ, ਉਸ ਤੋਂ ਬਾਅਦ ਜਿਉਂ ਜਿਉਂ ਉਹ ਵੱਡਾ ਹੁੰਦਾ ਜਾ ਰਿਹਾ ਤਿਉਂ ਤਿਉਂ ਉਹਦੀ ਮੈਂ ਮੇਰੀ ਵੱਧਦੀ ਜਾ ਰਹੀ ਹੈ। ਚਾਹੇ ਉਹ ਪਰਿਵਾਰ ਦੇ ਪੱਖੋਂ, ਚਾਹੇ ਉਹ ਕਿਸੇ ਖਿਡੌਣਿਆਂ ਦੇ ਪੱਖੋਂ, ਚਾਹੇ ਉਹਦੀ ਕਿਸੇ ਵੀ ਚੀਜ਼ ਦੇ ਪੱਖੋਂ, ਜਿਉਂ ਉਹ ਵਿਆਹਿਆ ਜਾਂਦਾ ਆ, ਮੇਰੇ ਬੱਚੇ ਮੇਰਾ ਪਰਿਵਾਰ ਮੇਰਾ ਪੈਸਾ, ਉਹਦਾ ਹੰਕਾਰ ਦਾ ਲੈਵਲ ਵੀ ਹੌਲੀ 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 ਉੱਪਰ ਚਲਾ ਜਾਂਦਾ। ਹੁਣ ਦੇਖੋ ਜਦੋਂ ਅਸੀਂ ਇਹ ਮੈਂ ਮੇਰੀ ਦੇ ਵਿੱਚ ਬੰਦਾ ਗਰਸਿਆ ਜਾ ਰਿਹਾ, ਪਰਮੇਸ਼ੁਰ ਕੀ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਦਾ ਸਾਨੂੰ ਕੀ ਦੱਸਿਆ ਉਪਦੇਸ਼ ਆ ਕਿ ਤੁਸੀਂ ਤੂੰ ਤੇਰੀ ਦੇ ਸਫ਼ਰ ਵੱਲ ਜਾਣਾ ਆ। ਉਹ ਸ਼ੁਰੂਆਤ ਤੂੰ ਤੇਰੀ ਦੇ ਸਫ਼ਰ ਦੀ ਉਦੋਂ ਹੁੰਦੀ ਹੈ ਜਦੋਂ ਬੰਦੇ ਨੂੰ ਇਨਸਾਨ ਨੂੰ ਝਟਕਾ ਵੱਜਦਾ ਕੋਈ ਵੀ, ਨਹੀਂ ਤਾਂ ਇਨਸਾਨ ਦੀ ਸ਼ੁਰੂਆਤ ਤੂੰ ਤੇਰੀ ਤੱਕ ਦੀ ਹੋ ਹੀ ਨਹੀਂ ਸਕਦੀ। ਉਹ ਝਟਕਾ ਪਹਿਲਾਂ ਕਹਿ ਲਈਏ ਜਾਂ ਕਹਿ ਲਈਏ ਕੋਈ ਸ਼ੁਰੂਆਤ ਝਟਕੇ ਦੀ ਜਿਹੜੀ ਉਦੋਂ ਹੁੰਦੀ ਹੈ ਜਦੋਂ ਉਹਨੂੰ ਕੋਈ ਚੀਜ਼ਾਂ ਮਿਲਣੀਆਂ ਖਤਮ ਹੁੰਦੀਆਂ ਨੇ, ਮਿਲਣੀਆਂ ਘਟਦੀਆਂ ਨੇ। ਕੋਈ ਮਾਤਾ ਪਿਤਾ ਦਾ ਉੱਥੋਂ ਦੂਰ ਚਲੇ ਜਾਣਾ, ਐਕਸਪਾਇਰ ਹੋ ਜਾਣਾ, ਉੱਥੋਂ ਗੱਲ ਕਰ ਲਈਏ, ਜਾਂ ਆਪਣਾ ਕੋਈ ਪਰਿਵਾਰ ਦੇ ਜੀ ਦਾ ਹੋਰ ਦਾ ਚਲੇ ਜਾਣਾ, ਉੱਥੋਂ ਦੀ ਉਹ ਹੌਲੀ 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 ਜਿਹੜਾ ਆ ਉਹ ਤੂੰ ਤੇਰੀ ਦਾ ਸਫ਼ਰ ਉਹਦਾ ਸ਼ੁਰੂ ਹੋਣਾ ਸ਼ੁਰੂ ਹੁੰਦਾ। ਕਿਉਂਕਿ ਉਸ ਤੋਂ ਬਾਅਦ ਉਹਨੂੰ ਹੌਲੀ ਹੌਲੀ ਲੱਗਣਾ ਸ਼ੁਰੂ ਕਰਦਾ, ਮੇਰਾ ਤਾਂ ਹੈ ਹੀ ਕੁਛ ਨਹੀਂ, ਮੇਰਾ ਤਾਂ ਹੈ। ਉਸ ਤੋਂ ਬਾਅਦ ਹੀ ਉਹ ਬਾਣੀ ਵਾਲੇ ਪਾਸੇ ਤੁਰਨਾ ਸ਼ੁਰੂ ਕਰਦਾ। ਇੱਕ ਗੱਲ ਗੁਰੂ ਪਿਆਰਿਓ ਜੀ, ਇਹ ਯਾਦ ਰੱਖਣਾ, ਜਦੋਂ ਤੱਕ ਬੰਦੇ ਦੇ ਮਨ ਦੇ ਵਿੱਚ ਇਹ ਚੀਜ਼ ਹੈਗੀ, ਹੰਕਾਰ ਹੈਗਾ ਕਿ ਆਹ ਚੀਜ਼ ਮੇਰੀ ਹੈ। ਹੁਣ ਇੱਕ ਬੰਦੇ ਨੇ ਗੱਡੀ ਲਿੱਤੀ ਵੀ 25 ਲੱਖ 30 ਲੱਖ ਲਈ, ਉਹਦੇ ਮਨ ਦੇ ਵਿੱਚ ਪੂਰੀ ਟੈਅ ਹੈਗੀ ਕਿ ਆਹ ਚੀਜ਼ ਮੇਰੀ ਹੈ। ਉਹਨੂੰ ਅਗਰ ਕੋਈ ਰਗੜ ਮਾਰ ਗਿਆ ਨਾ ਤਾਂ ਉਹਦੀ ਜਾਨ ਕੱਢਣ ਤੱਕ ਜਾਏਗਾ, ਕਿਉਂਕਿ ਉਹਦੇ ਅੰਦਰ ਹੰਕਾਰ ਹੈ, ਇਹ ਮੇਰੀ ਇਹ ਮੇਰੀ ਇਹ ਮੇਰੀ। ਜੇ ਦੂਜੇ ਪਾਸੇ ਆ ਜਾਓ ਤੂੰ ਤੇਰੀ ਦੇ ਸਫ਼ਰ ਦੇ ਵਿੱਚ, ਉਹਨਾਂ ਕਹਿਣ ਲੈ ਫਿਰ ਕੀ ਹੋਇਆ, ਇਹ ਕਿਹੜਾ ਮੇਰੇ ਨਾਲ ਨਿਭਣੀ ਹੈ, ਫਰਕ ਆ ਗਿਆ। ਹੁਣ ਉਸ ਚੀਜ਼ ਤੱਕ ਅੱਪੜਨ ਦੇ ਲਈ ਉਹਨੂੰ ਜਿਹੜਾ ਆ ਉਹ ਭੱਠੀ ਦੇ ਵਿੱਚ ਕੱਢਣਾ ਪੈਂਦਾ। ਅਤੇ ਉਹ ਭੱਠੀ ਕਿਹੜੀ ਹੈ, ਉਹ ਹੈਗੀ ਦੁਨੀਆਦਾਰੀ ਦੀ ਭੱਠੀ। ਦੁਨੀਆਦਾਰੀ ਦੇ ਵਿੱਚ ਜਦੋਂ ਉਹ ਜਿਹੜੇ ਦੋਸਤਾਂ ਦੇ ਨਾਲ, ਜਿਹੜੇ ਮਿੱਤਰਾਂ ਦੇ ਨਾਲ, ਜਿਹੜੇ ਸਖੀਆਂ ਦੇ ਨਾਲ ਉਹ ਰਹਿੰਦਾ ਆ, ਹੌਲੀ 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 ਲੋੜ ਪੈਣ 'ਤੇ ਉਹਨੂੰ ਉਹ ਛੱਡਦੇ ਚਲੇ ਜਾਂਦੇ ਆ। ਦੁੱਖ ਦੇ ਵਿੱਚ ਕੋਈ ਵੀ ਸਾਥੀ ਨਹੀਂ ਬਣਦਾ, ਸੁੱਖ ਦੇ ਸਾਰੇ ਯਾਰ ਮਿੱਤਰ ਨੇ। ਉਹ ਹੌਲੀ ਹੌਲੀ ਜਿਉਂ ਜਿਉਂ ਉਹਨੂੰ ਛੱਡਦੇ ਚਲੇ ਜਾਂਦੇ, ਉਹਦਾ ਤੂੰ ਤੇਰੀ ਦਾ ਸਫ਼ਰ ਸ਼ੁਰੂ ਹੁੰਦਾ ਚਲਾ ਜਾਂਦਾ। ਪਰ ਤੂੰ ਤੇਰੀ ਦੇ ਸਫ਼ਰ ਦੇ ਵਿੱਚ ਸਭ ਤੋਂ ਪਹਿਲਾ ਪੜਾਅ ਜੇ ਆਪਾਂ ਗੱਲ ਕਰੀਏ, ਉਹ ਆਪਾਂ ਇਹ ਕਹਿ ਲਈਏ ਕਿ ਉਹ ਗੁਰਬਾਣੀ ਦੇ ਵਿੱਚ ਆਉਂਦਾ ਆ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਉਹ ਉੱਥੋਂ ਦੀ ਸ਼ੁਰੂਆਤ ਹੁੰਦੀ ਹੈ। ਬੰਦਾ ਕਹਿੰਦਾ ਫਿਰ ਮੇਰਾ ਇਹੋ ਹੀ ਹੈ, ਮੇਰਾ ਨਾਨਕ ਹੀ ਹੈ, ਮੇਰਾ ਹੋਰ ਕੋਈ ਹੈ ਹੀ ਨਹੀਂ। ਫਿਰ ਉਹ ਗੁਰੂ ਨਾਨਕ ਦੀ ਗੱਲ ਸੁਣਨੀ ਵੀ ਸ਼ੁਰੂ ਕਰਦਾ, ਹੌਲੀ ਹੌਲੀ ਮੰਨਣੀ ਸ਼ੁਰੂ ਕਰਦਾ, ਅਤੇ ਹੌਲੀ ਹੌਲੀ ਉਹਦੇ ਉੱਤੇ ਤੁਰਨਾ ਵੀ ਸ਼ੁਰੂ ਕਰਦਾ। ਇੱਥੋਂ ਹੀ ਉਹਦਾ ਪਹਿਲਾ ਪੜਾਅ, ਦੂਜਾ ਪੜਾਅ ਜਿਹੜਾ ਇੱਥੋਂ ਸ਼ੁਰੂ ਹੁੰਦਾ ਆ, ਇਹੋ ਹੀ ਉਹਦੀ ਜ਼ਿੰਦਗੀ ਦਾ ਮਨੋਰਥ ਬਣ ਜਾਂਦਾ। ਅਤੇ ਅਖੀਰ ਤੱਕ ਜਾਂਦੇ ਜਾਂਦਿਆਂ ਜੇ ਉਹਨੂੰ ਝਟਕੇ ਪ੍ਰੋਪਰ ਵੱਜਦੇ, ਜੇ ਉਹਦਾ ਸਫ਼ਰ ਹੈ ਤੂੰ ਤੇਰੀ ਵਾਲਾ ਪ੍ਰੋਪਰ ਚੱਲ ਰਿਹਾ, ਤਾਂ ਫਿਰ ਉਹਦੇ ਅੱਗੇ ਜਾਣ 'ਤੇ ਜਾ ਕੇ ਗਤੀ ਹੋਣ ਦੇ ਚਾਂਸਿਸ ਜਿਹੜੇ ਉਹਦੇ ਬਣ ਜਾਂਦੇ ਨੇ। ਬਾਕੀ ਤਾਂ ਪਰਮੇਸ਼ੁਰ ਦੇ ਹੱਥ ਹੈ, ਗੁਰੂ ਨਾਨਕ ਸਾਹਿਬ ਦੇ ਹੱਥ ਵਿੱਚ ਹੈ ਕਿ ਉਹਦਾ ਕੀ ਲੇਖਾ ਮਹਾਰਾਜ ਨੇ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।